ਮੋਗਾ ਵਿਖੇ ਇੱਕ ਵਿਆਹਤਾ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕਾ ਦੇ ਪੇਕਾ ਪਰਿਵਾਰ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਧੀ ਨੂੰ ਮਾਰਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੋਗੇ ਤੋਂ ਕਿਸੇ ਵਿਅਕਤੀ ਨੇ ਟੈਲੀਫੋਨ ਕੀਤਾ ਹੈ ਕਿ ਉਹਨਾਂ ਦੀ ਧੀ ਦੀ ਬਿਜਲੀ ਦਾ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ, ਜਿਸ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਜਦੋਂ ਉਹ ਪਹੁੰਚੇ ਤਾਂ ਉਹਨਾਂ ਦੀ ਧੀ ਮਰੀ ਪਈ ਸੀ ਅਤੇ ਉਸ ਦਾ ਸਾਰਾ ਸਰੀਰ ਖੂਨ ਨਾਲ ਲਥਪਥ ਸੀ ਅਤੇ ਪੇਟ ਉੱਪਰ ਪ੍ਰੈਸ ਨਾਲ ਸੜਨ ਦਾ ਨਿਸ਼ਾਨ ਸੀ, ਜਿਸ ਤੇ ਉਹਨਾਂ ਨੂੰ ਸ਼ੱਕ ਹੋਇਆ। ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਦੇ ਪੇਟ ਤੇ ਬਿਜਲੀ ਵਾਲੀ ਪ੍ਰੈਸ ਰੱਖ ਕੇ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਣ ਦਾ ਡਰਾਮਾ ਰਚਿਆ ਗਿਆ, ਜਦਕਿ ਸਾਰਾ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ। ਘਟਨਾ ਦੀ ਪਤਾ ਲੱਗਣ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਪੇਕਾ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ, ਜਦਕਿ ਹੋਰ ਜਾਂਚ ਕੀਤੀ ਜਾ ਰਹੀ ਹੈ। ਇਹਨਾਂ ਦਾ ਕਹਿਣਾ ਜੀ ਕੁੜੀ ਵਾਲਿਆਂ ਦੀ ਸਾਡੀ ਲੜਕੀ ਨੂੰ ਪ੍ਰੈਸ ਲਾਇਆ ਵਾ ਅਤੇ ਤਾਂ ਹਥਿਆਰ ਦੇ ਉਹਦੇ ਮੂੰਹ ਅਤੇ ਸਿਰ 'ਤੇ ਅਤੇ ਸੱਟਾਂ ਹੈਗੀਆਂ ਨੇ, ਬਲੱਡ ਵੀ ਨਿਕਲਿਆ ਵਾ। ਕੀ ਵਜ੍ਹਾ ਰੰਜਿਸ਼, ਕਿੰਨੀ ਦੇਰ ਤੋਂ ਮਾਰ ਰਿਹਾ, ਕੀ ਕਰ ਰਿਹਾ? ਕੁੜੀ ਵਾਲਿਆਂ ਦਾ ਤਾਂ ਕਹਿਣਾ ਜੀ ਕਿ ਵੀ ਜਿਵੇਂ 12 ਸਾਲ ਵਿਆਹ ਨੂੰ ਹੋ ਗਏ, 6 ਮਹੀਨੇ ਸਾਲ ਵਜੇ ਤੰਗ ਕਰਨ ਲੱਗ ਗਿਆ ਸੀ। ਕਾਫੀ ਵਾਰੀ ਉਹਨਾਂ ਨੇ ਗੱਲ ਟਿਕਾਉਣ ਦੀ ਕੋਸ਼ਿਸ਼ ਕੀਤੀ। ਇਹਦੇ ਜਿਹੜੇ ਲੜਕੀ ਦੇ ਬ੍ਰਦਰ ਨੇ ਆ ਕੇ ਸਾਨੂੰ ਇਤਲਾਹ ਦਿੱਤੀ ਆ ਕਿ ਉਹ ਇਹਨਾਂ ਦਾ ਘਰੇਲੂ ਝਗੜਾ ਸੀਗਾ, ਕੁੱਟਮਾਰ ਕਰਦਾ ਸੀ ਅਕਸਰ ਕੁੜੀ ਦੀ, ਅਤੇ ਉਹਦੇ ਕਰਕੇ ਇਹਨੇ ਅੱਜ ਲੜਕੀ ਦਾ ਸੱਟਾਂ ਮਾਰ ਕੇ ਉਹਦਾ ਮਰਡਰ ਕਰਤਾ ਆ। ਉਹਦੇ ਅਸੀਂ ਮਰਡਰ ਦੀ ਧਾਰਾ ਦੇ ਪਰਚਾ ਦਰਜ ਕੀਤਾ ਅਤੇ ਬਾਕੀ ਉਹਦੀ ਤਲਾਸ਼ ਕਰ ਰਹੇ ਹਾਂ। ਮੁੰਡੇ ਦੀ ਹੁਣ ਫਰਾਰ ਆਈ ਇਸ ਵੇਲੇ। ਮੈਨੂੰ ਸਵੇਰੇ ਫੋਨ ਆਇਆ ਕਿ ਤੇਰੀ ਭੈਣ ਨੂੰ ਕਰੰਟ ਲੱਗ ਕੇ ਮਰ ਗਈ ਹੈ, ਅਤੇ ਮੌਕੇ 'ਤੇ ਅਸੀਂ ਦੇਖਿਆ ਹੈਗਾ ਭੈਣ ਦੀ ਸ਼ਕਲ ਸਾਰੀ ਵਿਗੜੀ ਪਈ ਸੀਗੀ, ਐਨ ਟੱਕ ਟੁੱਕ ਲੱਗੇ ਹੋਏ ਸੀਗੇ, ਅਤੇ ਪੇਟ 'ਤੇ ਪ੍ਰੈਸ ਰੱਖ ਕੇ ਐਨ ਚੰਗੀ ਤਰ੍ਹਾਂ ਸਾੜਿਆ ਹੋਇਆ ਸੀਗਾ, ਕਤਲ ਹੈਗਾ ਸਰ ਆ, ਚੱਕ ਚੱਕ ਕੇ ਪਹਿਲਾਂ ਮਾਰਿਆ ਅਤੇ ਉਹਦੇ ਸਾਰੇ ਪਾਸੇ ਫੱਟ ਗਿਆ ਦਿਮਾਗ ਉਹਦਾ, ਅਤੇ ਬਸ ਕੀ ਨਾਮ ਇਹੀ ਕਹਿੰਦੇ ਨੇ ਕਰੰਟ ਨਾਲ ਮਰ ਗਈ ਹੈ। ਅਤੇ ਅਸੀਂ ਆਏ ਹਾਂ ਅੱਗੇ ਦੇਖਿਆ ਜਦੋਂ ਪੇਟ 'ਤੇ ਕੱਪੜਾ ਕੁੱਪੜਾ ਚੁੱਕਿਆ, ਪ੍ਰੈਸ ਦਬਾ ਦਬਾ ਕੇ ਮਾਰਿਆ ਆ ਉਹਨੂੰ, ਅਤੇ ਮੂੰਹ 'ਤੇ ਸਾਰੀਆਂ ਚੋਟਾਂ ਆਈਆਂ ਪਈਆਂ ਨੇ, ਅਤੇ ਸਾਰੇ ਪਾਸੇ ਖੂਨ ਵਗਦਾ ਪਿਆ, ਉਹਦੀਆਂ ਧਤੂਰੀਆਂ ਵਗਦੀਆਂ ਪਈਆਂ ਤਾਜ਼ੀਆਂ ਤਾਜ਼ੀਆਂ। ਕਿੰਨੀ ਦੇਰ ਹੋ ਗਈ? 8:30 ਨੂੰ, 9:15 ਨੂੰ ਮਾਰਿਆ। 9:30 ਮੈਨੂੰ ਫੋਨ ਆਇਆ ਕਿ ਪੂਜਾ ਕੱਪੜੇ ਪ੍ਰੈਸ ਕਰ ਰਹੀ ਸੀ, ਕਰੰਟ ਨਾਲ ਮਰ ਗਈ ਹੈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।